ਉੱਤੇ ਚੜ ਕੇ ਨਾ ਪੋਲੇ ਪੋਲੇ ਪੈਰਾਂ ਦੇ ਨਾਲ ਜਿਹੜਾ ਨਾ ਤੁਰਨਾ ਜਿਸ ਤਰ੍ਹਾਂ ਬਿੱਲੀ ਤੁਰਦੀ ਹੈ ਨਾ ਜਦੋਂ ਉਹਨੇ ਦੁੱਧ ਪੀਣਾ ਹੋਏ ਤੇ ਜਾਂਦੀ ਹੈ ਓਏ ਹੋਏ 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 ਮੁੰਡਾ ਯਾਰ ਦੋਸਤ ਸੀ ਆਹ ਪਿੱਛੇ ਮੇਰੇ ਜਿਹੜਾ ਨਾ ਪਿੰਡ ਨਜ਼ਰ ਆ ਰਿਹਾ ਤੁਹਾਨੂੰ ਪਤਲੂ ਦੇ ਨਾਂ ਤੋਂ ਅਨਸਰ ਨਾਂ ਹੈ ਉਹਦਾ ਪਤਲੂ ਦੇ ਨਾਂ ਤੋਂ ਜਿਹੜਾ ਨਾ ਮਸ਼ਹੂਰ ਹੈ ਟਿਕਟੋਕਰ ਅਤੇ ਉਹਦੇ ਜਿਹੜਾ ਨਾ ਪਿੰਡ ਨਾ ਗਿਆ ਵੀ ਅਸਲਾਮੁਅਲੈਕਮ ਕੀ ਹਾਲ ਹੈ ਮੇਰੇ ਬੱਬਰ ਸ਼ੇਰਾਂ ਦਾ ਸਾਰੇ ਭਰਾ ਜਲਦੀ ਦੇ ਨਾਲ ਯਾਰ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਸਾਰੇ ਭਰਾਵਾਂ ਨੂੰ ਕਿਹਾ ਸੀ ਕਿ 10,000 ਸਬਸਕ੍ਰਾਈਬਰ ਤੋਂ ਪੂਰਾ ਕਰਾਂ ਕੋਈ ਭਰਾ ਜਿਹੜਾ ਨਾ ਹਿੰਮਤ ਨਹੀਂ ਕਰਦਾ ਭਾਈ ਯਾਰ ਜਲਦੀ ਕਰੋ ਕੀ ਹੋ ਗਿਆ ਜੇ ਹਿੰਮਤ ਮਾਰੋ ਯਾਰ ਸਾਰੇ ਭਰਾ ਭਾਜੀ ਛੱਤ ਦੇ ਉੱਤੇ ਜਿਹੜਾ ਸੀ ਨਾ ਓਏ ਬੱਦਲ ਗਰਜਦਾ ਪਿਆ ਇਹ ਚੁੱਬੇ ਕਹਾਣੀ ਜਿਹੜਾ ਨਾ ਉਹ ਹੋਈ ਨਹੀਂ ਸੀ ਤੇ ਕਹਾਣੀ ਨਹੀਂ ਸੀ ਕੀ ਕਹਿਣ ਲੱਗਾ ਹਾਂ ਮੈਂ ਕਹਿਣਾ ਕਿਆ ਚਾਹਤੇ ਹੋ ਛੱਤ ਦੇ ਉੱਤੇ ਜਿਹੜਾ ਨਾ ਉਹ ਭਾਜੀ ਤਰਪਾਲ ਪਏ ਆ ਸੀ ਕਹਾਣੀ ਥੱਲੇ ਹੋਈ ਪਈ ਹੈ ਫਾਤਿਮਾ ਕੱਪੜੇ ਖਰਾਬ ਹੋ ਜਾਣੇ ਨੀ ਰਿਹਾਨ ਨੇ ਦੌੜ ਕੇ ਜਾ ਚਾਬੀ ਲੈ ਕੇ ਆ ਕਮਰਾ ਵੇਖੀ ਅੰਦਰੋਂ ਜਲਦੀ ਆ ਜਲਦੀ ਜਾ ਜੀ ਵੇ ਇੱਥੇ ਹੀ ਹੈ ਜਲਦੀ ਫਾਤਿਮਾ ਚੱਲ 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 ਉੱਥੇ ਭਾਈ ਦੇ ਨਾਲ ਕੋਲ ਦਰਵਾਜ਼ੇ ਦੇ ਅਸੀਂ ਭਾਜੀ ਵੇਖਣਾ ਆ ਛੱਤ ਦੇ ਉੱਤੇ ਪਾਈ ਸੀ ਤਰਪਾਲ ਪਤਾ ਨਹੀਂ ਹੁਣ ਕੀ ਹਾਲ ਚਾਲ ਹੈ ਅੰਦਰੋਂ ਓਏ ਹੋਏ ਹੋਏ ਹੈ ਬਾਹਰ ਤੇ ਹਾਲ ਚਾਲ ਭੈੜੇ ਜੇ ਕਿਉਂਕਿ ਵੇਖੋ ਜਿਹੜੇ ਵੱਟੇ ਲਾਏ ਹਨ ਹਾਂ ਪੈਰ ਖੁੱਭਦੇ ਜੇ ਵਿੱਚ ਇੱਧਰ ਹੋਈਆ ਥੱਲੇ ਪੈਰ ਖੁੱਭਦੇ ਨਹੀਂ ਪਏ ਥੋਮ ਸ਼ੋਮ ਸਾਰਾ ਕੁਛ ਭਾਜੀ ਬਾਕੀ ਸਾਰਾ ਕੁਛ ਸਹੀ ਹੈ ਸਿਰਫ ਟੈਨਸ਼ਨ ਆ ਲੱਗੀ ਹੈ ਤਰਪਾਲ ਉੱਤੇ ਪਾਇਆ ਪਾਣੀ ਛਾਣੀ ਤੇ ਪਤਾ ਨਹੀਂ ਹੁਣ ਬਾਹਰ ਜਾਂਦਾ ਪਿਆ ਕਿ ਨਹੀਂ ਜਾਂਦਾ ਪਿਆ ਅੱਛਾ ਇਹ ਤੇ ਹੁਣ ਉੱਤੇ ਚੜ ਕੇ ਤੇ ਵੇਖਣਾ ਜਾਂ ਅੰਦਰੋਂ ਖੋਲ ਕੇ ਵੇਖਣਾ ਕੀ ਲਾਇਆ ਸੀ ਆ ਤੂੰ ਵੀ ਥੋਮ ਲਾਇਆ ਸੀ ਅੱਛਾ ਬਾਰਿਸ਼ ਤੇ ਅੱਜ ਭਾਜੀ ਮਾਸ਼ਾਅੱਲਾ ਪੂਰੇ ਭਾਰਾਂ ਦੇ ਨਾਲ ਹੋ ਰਹੀ ਹੈ ਓਏ ਹੋਏ ਹੋਏ ਛੱਡੀ ਗੱਲਾਂ ਦਿਓ ਅੱਛਾ ਹੈ ਨੰਦਾ ਸਵੇਰ 6 ਵਜੇ ਦੀ ਲੱਥੀ ਹੈ ਅਖੀਰਾਂ ਦੀ ਲੱਥੀ ਹੈ ਅੰਦਰ ਸਹੀ ਹੈ ਨਜ਼ਰ ਆਉਂਦਾ ਪੱਕੀ ਗੱਲ ਵੇਖੀਏ ਹਾਂ ਨਹੀਂ ਆਉਂਦਾ ਖੋਲ 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 ਚੱਲ ਫਾਤਿਮਾ ਨੂੰ ਇਹਨੂੰ ਆਪ ਮਜੂਗੜੇ ਨੂੰ ਅੰਦਰ ਚੁੱਕੋ ਇਹਨੂੰ ਓਏ 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 ਕਿਦੂ ਕੁ ਚੁੰਦਾ ਛੁੰਦਾ ਇਹ ਦੀਵਾਰ ਦੇ ਨਾਲ ਪਾਣੀ ਆਇਆ ਥੋੜਾ ਜਿਹਾ ਇਹ ਸਾਰਾ ਆਉਣ ਡਿਆ ਅੰਦਰ ਰਿਹਾਨ ਸਾਹਿਬ ਤੁਹਾਨੂੰ ਚੜਨਾ ਪੈਣਾ ਉੱਤੇ ਤੇ ਚੜ ਕੇ ਨਾ ਤਰਪਾਲ ਉਧਰੋਂ ਜਿਹੜਾ ਨਾ ਇਹ ਨੁੱਕਰ ਚ ਹੋ ਗਿਆ ਇਕੱਠਾ ਇਹਨੂੰ ਸਾਰੇ ਨੂੰ ਜਿਹੜਾ ਨਾ ਸਿੱਧਾ ਕਰਨਾ ਪੈਣਾ ਕੀ ਹੋਇਆ ਜੁੱਤੀ ਨੂੰ ਖੈਰ ਹੀ ਮਾਸਾ ਸਾਰੀ ਮਿੱਟੀ ਲੱਗ ਗਈ ਹੈ ਇਹ ਸਾਬ ਘਰ ਤੂੰ ਹੀ ਲੈ ਗਿਆ ਹਨ ਅਸੀਂ ਭਾਜੀ ਰਿਹਾਨ ਨੂੰ ਚਾੜੀਏ ਉੱਤੇ ਚਾੜ ਕੇ ਨਾ ਤਰਪਾਲ ਕਰੀਏ ਇਸ ਨੁੱਕਰ ਦੇ ਵਿੱਚੋਂ ਜਿਹੜਾ ਨਾ ਉਹ ਤਰਪਾਲ ਇੱਥੋਂ ਥੋੜੀ ਜੋ ਗਈ ਜੇ ਡਿੰਗੀ ਤੇ ਇਹ ਵੇਖਿਆ ਪਾਣੀ ਚੋਂਦਾ ਪਰ ਦੀਵਾਰ ਦੇ ਨਾਲ 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 ਥੱਲੇ ਚਿੱਕੜ ਜਿਹੜਾ ਨਾ ਇੱਥੇ ਜਿੱਥੇ ਮੈਂ ਖਲੋਤਾ ਹਾਂ ਨਾ ਭਾਜੀ ਇੱਟਾਂ ਉੱਥੇ ਖੁੱਭਦੀਆਂ ਗਈਆਂ ਨੇ ਥੱਲੇ ਲਾਈਆਂ ਦੇ ਇਸੇ ਵਾਸਤੇ ਹਨ ਚਲੋ ਕੁਛ ਨਾ ਕੁਛ ਤਾਂ ਫਾਇਦਾ ਹੋਇਆ ਨਾ ਹੁਣ ਰਿਹਾਨ ਸਾਹਿਬ ਉਹ ਕੰਧ ਦੇ ਉੱਤੋਂ ਦੀ ਜਿਹੜਾ ਨਾ ਜੈਕਟ ਲਾ ਲਓ ਜੈਕਟ ਗਿੱਲੀ ਨਹੀਂ ਕਰਨੀ ਤੇ ਉਹ ਬਨੇਰੇ ਦੇ ਉੱਤੋਂ ਦੀ ਜਿਹੜਾ ਨਾ ਉੱਤੇ ਚੜ ਜਾਓ ਉੱਤੇ ਚੜ ਕੇ ਨਾ ਪੋਲੇ ਪੋਲੇ ਪੈਰਾਂ ਦੇ ਨਾਲ ਜਿਹੜਾ ਨਾ ਤੁਰਨਾ ਜਿਸ ਤਰ੍ਹਾਂ ਬਿੱਲੀ ਤੁਰਦੀ ਹੈ ਨਾ ਜਦੋਂ ਉਹਨੇ ਦੁੱਧ ਪੀਣਾ ਹੋਏ ਤੇ ਜਾਂਦੀ ਹੈ ਉਂਝ ਜਾਣਾ ਤੁਹਾਂ ਪਤਾ ਨਾ ਲੱਗੇ ਛੱਤ ਨੂੰ ਉਹਦਾ ਉਹ ਜੁੱਤੀ ਵੇ ਸਾਫ਼ ਕਰਕੇ ਉਹਨੂੰ ਦੇ ਉਹ ਸ਼ਾਬਾਸ਼ ਸ਼ਾਬਾ ਬੱਬਰ ਸ਼ੇਰ ਦੇ ਡਿੱਗਣਾ ਨਹੀਂ ਬਸ ਬੜੇ ਆਰਾਮ ਦੇ ਨਾਲ ਜੁੱਤੀ ਲਾ ਲਾ ਭਾਵੇਂ ਇੱਥੇ ਹੀ ਸਾਰਿਆਂ ਪਾਸੋਂ ਜਿਹੜਾ ਨਾ ਤਰਪਾਲ ਸ਼ਰਪਾਲ ਸਿੱਧਾ ਕਰਦੇ ਉਹ ਫਾਣੀ ਤੇ ਖਲੋਤਾ ਬਸ ਠੀਕ ਹੈ ਹੋ ਗਿਆ ਇਧਰੋਂ ਇਹਨੂੰ ਕਰ ਤੂੰ ਤਰਪਾਲ ਵੇਖ ਨਾ ਅੱਗੇ ਇਹਨੂੰ ਸੁੱਟ ਹੂ ਬਾਹਰ ਵੱਲ ਨੂੰ ਪਾਣੀ ਬਾਹਰ ਨਿਕਲੇ ਜਲਦੀ ਘਰ ਫਾਤਿਮਾ ਕੋਟ ਕੱਪੜੇ ਸਾਰਾ ਕੁਝ ਗਿੱਲਾ ਹੋ ਜਾਣਾ ਵੇ ਅੰਦਰ ਬਾਰਿਸ਼ ਤੇਜ਼ ਹੋ ਗਈ ਅੰਦਰ ਹੋਵੋ ਉੱਥੇ ਖਲੋਵੋ ਉੱਥੇ ਖਲੋ ਕੇ ਵੇਖੋ ਇੰਜ ਸ਼ਾਬਾਸ਼ ਸਮਝ ਰਹੇ ਹੋ ਨਾ ਨੋ ਕਿਸ ਤਰ੍ਹਾਂ ਤਰਪਾਲ ਨੂੰ ਥੱਲੇ ਨੂੰ ਸੁੱਟਦੇ ਸੁ ਬਸ ਸਹੀ ਹੈ ਇੰਜ ਸੁੱਟਦੇ 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 ਸਾਰਾ ਥੱਲੇ ਇਹ ਪਾਣੀ ਇਹਦੀ ਵਜ੍ਹਾ ਨਾਲ ਹੀ ਜਾਣ ਡਿਆ ਸੀ ਸਾਰਾ ਸਵਾਰਾ ਘਰ ਸੁ ਇਹ ਵੇਖ ਇਹ ਨੁੱਕਰ ਤੋਂ ਇੱਧਰ ਆ ਇਹ ਨੁੱਕਰ ਨੂੰ ਜਿਹੜਾ ਨਾ ਇਹਨੂੰ ਸਵਾਰੀ ਕਰ ਪਾਣੀ ਹੁਣ ਰਿੜਦਾ ਆਏਗਾ ਉਹਨਾਂ ਨੂੰ ਫਾਤਿਮਾ ਹੈਂ ਇਕੱਠਾ ਕਿਉਂ ਹੈ ਇੱਕ ਮਿੰਟ ਮੈਂ ਆਇਆ ਉੱਤੇ ਫਟਾਫਟ ਫਾਤਿਮਾ ਇੱਥੇ ਖਲੋ ਪੁੱਤਰ ਚਿੱਕੜ ਬੜਾ ਹੀ ਵੇਖ ਖੁੱਭਣ ਡਿਆ ਹੂੰ ਮੈਂ ਓਏ ਹੋਏ ਭਾਜੀ ਉੱਤੇ ਚੜਨਾ ਤੇ ਰਿਹਾਨ ਫਰਹਾਨ ਉਹਨੂੰ ਸੁੱਟੀ ਨਾ ਆਏ ਹਾਏ ਹਾਏ ਕੰਮ ਤੇ ਵੇ ਔਖਾ ਐ ਵੇਖ ਤਰ ਪਾ ਲਿਆ ਵੀ ਸਾਰੀ ਘਰ ਇਧਰੋਂ ਇਕੱਠੀ ਕਿੱਥੋਂ ਆਈ ਹੈ ਸਵਾਰੀ ਕਰਦੇ ਹੋ ਸਾਰੀ ਬਸ ਮਾੜੀ ਮਾੜੀ ਉਹ ਵੇਖ ਉਹ ਇੱਟਾਂ ਇੱਟਾਂ ਜਿਹੜੀਆਂ ਨੇ ਚੁੱਕ ਕੇ ਪਛਾਣ ਰੱਖ ਉਹਨੂੰ ਕਰਦੇ ਵਿੱਚ ਤੇ ਤਰਪਾਲ ਜਿਹੜੀ ਹੈ ਨਾ ਉੱਥੋਂ ਗਾਂਹ ਨੂੰ ਖਿੱਚ ਖੂ ਪੈਰਾਂ ਦੇ ਨਾਲ ਹੀ ਗਾਂਹ ਨੂੰ ਕਰ ਸੁ ਤਰਪਾਲ ਨੂੰ ਆਹੋ ਯਾਰ ਇਹ ਇੱਟਾਂ ਆ ਵੱਟ ਜਿਹੜਾ ਜਾਂ ਪਰਾਂ ਨੂੰ ਕੱਢ ਸਾਰਾ ਖਿੱਚ ਹੂ ਇਹਨੂੰ ਇੰਜ ਕਰੀ ਜਾ ਵੱਟ ਕੱਢ ਸਾਰਾ ਪਰਾਂ ਨੂੰ ਇੱਟਾਂ ਚੁੱਕ ਕੇ ਤੇ ਉੱਥੇ ਸਵਾਰਾ ਕਰ ਸਾਰਾ ਪਾਣੀ ਸਾਰਾ ਥੱਲੇ ਆਏ ਧੜਾ ਤੜ ਮੈਨੂੰ ਲੱਗਦਾ ਉੱਤੇ ਆਉਣਾ ਹੀ ਪੈਣਾ ਇਹ ਬੜੀ ਅੱਛੀ ਬਾਤ ਲਓ ਜੀ ਭਾਜੀ ਤਰਪਾਲ ਜਿਹੜੀ ਹੈ ਨਾ ਉਹ ਮਾੜੀ ਮੋਟੀ ਕਰ ਛੜੀ ਜੇ ਸਿੱਧੀ ਮੈਂ ਗਿਆ ਜੇ ਭਿੱਜ ਹੁਣ ਨਿਕਲੀਏ ਥੱਲੇ ਫਟਾਫਟ ਇਹ ਸਿਰਫ ਪਾਣੀ ਜਿਹੜਾ ਸੀ ਨਾ ਉਹ ਤਰਪਾਲ ਇਕੱਠੀ ਹੋ ਗਈ ਸੀ ਪਾਣੀ ਸਾਰਾ ਇੱਥੇ ਖਲੋਈ ਜਾਣ ਡਿਆ ਬਾਕੀ ਅਲਹਮਦੁਲਿਲਾ ਇਸ ਜਗ੍ਹਾ ਤੇ ਜਿਹੜਾ ਨਾ ਥੋੜਾ ਜਿਹਾ ਲੀਕ ਹੋਇਆ ਇਹ ਖੋਬਾ ਜਿਹਾ ਬਣਿਆ ਜੇ ਆਏ ਓਏ ਇੱਥੇ ਜਿਹੜਾ ਨਾ ਪਾਣੀ ਥੱਲੇ ਜਾਣ ਡਿਆ ਥੋੜਾ ਥੋੜਾ ਬਾਕੀ ਅਲਹਮਦੁਲਿਲਾ ਬਚਤ ਹੀ ਹੈ ਹਾਲਾਤ ਅਗਰ
ਭਾਈ ਕੁੱਟਿਆ ਨਾ ਪਿਆ ਇਹ ਕੰਮ ਐਸਾ ਜਿਹਾ ਪਾਟਾ ਹੈ ਥੋੜਾ ਜਿਹਾ ਸਰਾਹ ਇੱਥੇ ਹੋਏ ਨਾ ਕੋ ਵੱਟਾ ਛੱਟਾ ਯਾ ਇੰਜ ਰਵੇ ਇਹ ਜਿਹੜਾ ਪਾਟਾ ਹੈ ਨਾ ਇਹ ਕੰਮ ਖਰਾਬ ਹੈ ਰਿਹਾਨ ਕੋ ਵੱਟਾ ਛੱਟਾ ਫੜਾ ਹਾਂ ਥੱਲੇ ਮੈਂ ਰੱਖਾਂ ਇਹਦੇ ਇਹ ਕੋ ਛੋਟਾ ਜਿਹਾ ਵੱਟਾ ਪੁੱਟੇ ਸੁੱਟ ਸੁੱਟਦੇ 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 ਸ਼ਾਬਾਸ਼ ਰਿਹਾਨ ਆਹੋ ਆਹੀ ਸੁੱਟਦੇ ਰਿਹਾਨ ਤਾਂ ਨੂੰ ਲਓ ਜੀ ਕੰਮ ਬਾਕੀ ਜਿਹੜਾ ਯਸ ਹੋ ਗਿਆ ਲਾ ਦਿਓ ਕੰਮ ਦੇ ਨਾਲ ਚਲੋ ਚਲੀਏ ਹੁਣ ਥੱਲੇ ਓਏ ਹੋਏ ਹੋਏ ਪੂਰੇ ਜਿਹੜਾ ਨਾ ਉਹ ਟਕਾ ਟੱਕ ਬਾਰਿਸ਼ ਹੋ ਰਹੀ ਹੈ ਟਕਾ ਟੱਕ ਹਰ ਪਾਸੇ ਮੈਂ ਵੀ ਨਹਾ ਲਿਆ ਜੇ ਪੂਰਾ ਜਾ ਕੇ ਹੁਣ ਜਿਹੜਾ ਸਿਰਫ ਕੱਪੜੇ ਬਦਲਣੇ ਨੇ ਨਹਾਉਣ ਦੀ ਲੋੜ ਹੀ ਕੋਈ ਵੀ ਨਹੀਂ ਓਏ ਹੋਏ ਹੋਏ ਸਰਦੀਆਂ ਦੀ ਮਾਸ਼ਾਅੱਲਾ ਅੱਜ ਪਹਿਲੀ ਬਾਰਿਸ਼ ਹੋਣ ਲੱਗ ਪਈ ਹੈ ਔਰ ਇੰਨੀ ਜ਼ੋਰ ਦੇ ਨਾਲ ਹੋਣ ਡਈ ਹੈ ਨਾ ਪਾਣੀ ਪਾਣੀ ਹੋ ਗਿਆ ਹਰ ਪਾਸੇ ਇੰਨੀ ਬਾਰਿਸ਼ ਹੋਣ ਡਈ ਹੈ ਸਰਗੀ 4 ਵਜੇ ਨਾਲ ਸਾਰਾ ਕੁਝ ਸ਼ੁਰੂ ਹੋ ਗਿਆ ਹੌਲੀ 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 ਹੁੰਦੀ ਹੁੰਦੀ ਇੰਨੀ ਦੇਰ ਹੋ ਗਈ ਜੇ ਅਗਾਂ ਬਾਰਿਸ਼ ਨਾ ਲਾ ਜਾ ਨਾਲਾ ਮੈਂ ਲਾ ਜੋ ਫਰਹੰਦੂ ਨਾਲਾ ਨਾਲਾ ਮਾਜ ਛੋਟਾ ਜਿਹੜਾ ਨਾ ਉਹਨਾਂ ਦਾ ਘਰ ਨਵਾਂ ਬਣਾਇਆ ਉਹਨਾਂ ਨੇ ਇੱਥੇ ਸ਼ਿਫਟ ਹੋਣ ਲੱਗੇ ਹਨ ਰੰਗ ਕਰਨ ਡੇ ਹਨ ਰੰਗ ਜਿਹੜਾ ਨਾਲਾ ਕੱਲ ਹੀ ਸ਼ੁਰੂ ਹੋਇਆ ਇਹ ਚਿੱਟਾ ਚਿੱਟਾ ਨਜ਼ਰ ਆ ਰਿਹਾ ਜੇ ਸਾਰਾ ਤੋਂ ਰੰਗ ਖੁਰ ਗਿਆ ਹੁਣ ਡਿਆ ਇਹ ਹਾਲਾਂ ਦੀ ਵਾਰ ਉੱਤੋਂ ਜਿਹੜਾ ਨਾ ਹੁਣ ਆ ਜੇ ਥੱਲੇ ਥੱਲੇ ਜਿਹੜਾ ਨਾ ਉਹ ਹੋਇਆ ਵੇ ਚੰਗਾ ਭਲਾ ਪਾਣੀ ਜਿਹੜਾ ਨਾ ਉਹ ਖਲੋ ਗਿਆ ਵੇ ਬਾਰਿਸ਼ ਜਿਹੜਾ ਨਾ ਚੰਗਾ ਝਟਕਾ ਲਾ ਗਈ ਹੈ ਠੰਡ ਵੀ ਚੰਗੀ ਹੋ ਗਈ ਹੈ ਚਾਦਰ ਲਈ ਜੇ ਇੱਕ ਜੈਕਟ ਪਾਈ ਜੇ ਮੈਂ ਨਿਕਲਿਆ ਹਾਂ 9:30 ਹੋ ਗਏ ਨੇ ਕਿ ਜਲਦੀ ਜਲਦੀ ਸ਼ੋਰੂਮ 'ਤੇ ਜਿਹੜਾ ਨਾ ਤੁਰ ਜਾਂਦਾ ਵਾ ਬਾਰਿਸ਼ ਆਉਣ ਤੋਂ ਪਹਿਲਾਂ ਲੇਕਿਨ ਬਾਰਿਸ਼ ਜਿਹੜਾ ਨਾ ਸਟਾਰਟ ਹੋ ਗਈ ਤਾਂ ਜਲਦੀ ਭੇਜਣਾ ਜਾਵਾ ਤੋ ਓਏ 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 ਤਿਲਕਣ ਤਿਲਕਣ ਚੱਸ ਭਰੋ ਆਰਾਮ ਹੋ ਗਿਆ ਪੂਰਾ ਹੈ ਪੂਰਾ ਚੱਸ ਨਿਕਲੇ ਜੇ ਅਸੀਂ ਸ਼ੋਰੂਮ ਵਾਸਤੇ ਠੰਡ ਹੋ ਗਈ ਜੇ ਬਾਬਾ ਅੱਜ ਬਾਹਰ ਸਾਰੇ ਭਰਾ ਜੱਸੀਆਂ ਸਵੈਟਰ ਕੁੜੀਆਂ ਚਾਦਰਾਂ ਜੋ ਜੋ ਲੰਡੇ ਦਾ ਮਾਲ ਹੈ ਨਾ ਸਾਰੇ ਹੀ ਕੱਢ ਲਓ ਥੋੜੀ ਤਾਂ ਸਾਰੇ ਭਰਾਵਾਂ ਨੂੰ ਲੰਡੇ ਦੇ ਮਾਲ ਦੀ ਜ਼ਰੂਰਤ ਪੈਣੀ ਹੈ ਜੀ ਮੈਂ ਜਾ ਰਿਹਾ ਵਾਂ ਰੁੜਕੀ ਮੁੰਡਾ ਯਾਰ ਦੋਸਤ ਸੀ ਉਹਦੇ ਨਾਲ ਆਪੂ ਫੋਤ ਹੋ ਗਿਆ ਕੁਝ 3-4 ਦਿਨ ਹੋਏ ਨੇ ਉਹਦੇ ਕੋਲ ਜਾਣਾ ਫਾਤੇ ਆਖਣ ਵਾਸਤੇ ਇੱਕ ਹੋਰ ਦਾ ਜਿਹੜਾ ਨਾ ਕੰਮ ਹੈ ਬੰਦੇ ਕੋਲ ਜਿਹੜਾ ਨਾ ਉਹ ਪਾਕਿਸਤਾਨ ਹੈ ਫੋਨ ਨਹੀਂ ਚੁੱਕਦਾ ਉਹਦੇ ਵੱਲ ਜਾਣਾ ਸੂਰਜ ਨੇ ਮਾਸ਼ਾਅੱਲਾ ਜਿਹੜਾ ਨਾ ਮੂੰਹ ਬਹਾਇਆ ਸੀ ਅੱਗੇ ਥੋੜ੍ਹਾ ਜਿਹਾ ਲੇਕਿਨ ਹੁਣ ਫਿਰ ਜਿਹੜਾ ਨਾ ਉਹ ਅੱਖਾਂ ਬੰਦ ਕਰ ਗਿਆ ਠੰਡੀ ਭਾਅ ਜਿਹੜਾ ਨਾ ਉਹ ਵਗਣ ਡਈ ਇਹ ਪਿੱਛੇ ਮੇਰੇ ਜਿਹੜਾ ਨਾ ਪਿੰਡ ਨਜ਼ਰ ਆ ਰਿਹਾ ਤੁਹਾਨੂੰ ਬ੍ਰੈਂਡ ਹੋਇਆ ਬ੍ਰੈਂਡ ਅੱਲਾਹ ਨੂੰ ਤੰਦਰੁਸਤੀ ਸਿਹਤ ਦੇ ਲੰਮੀ ਉਮਰ ਦੇ ਬੜਾ ਹੀ ਨਾਇਸ ਬੰਦਾ ਯਾਰ ਬਤਾਤੇ ਖੁਦ ਵੀ ਮੈਂ ਆਪੀ ਉਹਨੂੰ ਜਿਹੜਾ ਨਾ ਇੱਕ ਦਫ਼ਾ ਮਿਲਿਆ ਵਾ ਉਹ ਵੀ ਬ੍ਰੈਂਡ ਬਣਨ ਤੋਂ ਬਾਅਦ ਸ਼ਾਇਦ ਕਦੇ ਮਿਲੇ ਹੋਵਾਂਗੇ 8-9 ਸਾਲ 10 ਸਾਲ ਪਹਿਲਾਂ ਦੀ ਗੱਲ ਹੈ ਲੇਕਿਨ ਹੁਣ ਉਹਨੂੰ ਬ੍ਰੈਂਡ ਬਣਿਆ ਇੱਕ ਦਫ਼ਾ ਮਿਲਿਆ ਵਾ ਨਾਇਸ ਪਰਸਨ ਹੈ ਪਤਲੂ ਪਤਲੂ ਦੇ ਨਾਂ ਤੋਂ ਅਨਸਰ ਨਾ ਆਏ ਉਹਦਾ ਪਤਲੂ ਦੇ ਨਾਂ ਤੋਂ ਜਿਹੜਾ ਨਾ ਮਸ਼ਹੂਰ ਹੈ ਟਿਕਟੋਕਰ ਹੈ ਸਟਾਰ ਹੈ ਟਿਕਟੋਕਰਾਂ ਦੀ ਜ਼ਬਾਨ ਦੇ ਵਿੱਚ ਜਿਹੜਾ ਨਾ ਉਹਨੂੰ ਪਿਓ ਕਿਹਾ ਜਾਂਦਾ ਬੜਾ ਹੀ ਨਾਇਸ ਪਰਸਨ ਹੈ ਪਿੱਛੇ ਉਹਦੇ ਜਿਹੜਾ ਨਾ ਪਿੰਡ ਲੰਘਿਆ ਜਦੋਂ ਵੀ ਪਿੰਡ ਦੇ ਵਿੱਚੋਂ ਨਹੀਂ ਲੰਘੀ ਦਾ ਉਹਦੀ ਯਾਦ ਆ ਜਾਂਦੀ ਹੈ ਚਲੋ ਅੱਲਾਹ ਉਹਨੂੰ ਹੋਰ ਤਰੱਕੀ ਦੇ ਤੰਦਰੁਸਤੀ ਦੇ ਸਿਹਤ ਦੇ ਸੋਹਣੇ ਸੀਨ ਬਣੇ ਨੇ ਬੱਦਲ ਅੱਖ ਮਚੋਲੀਆਂ ਕਰਦਾ ਹੈ ਪਿਆ ਸੁਪਰਾਂ ਜਿਹੜੀਆਂ ਨੇ ਹੁਣ ਪੱਕਾ ਕੇ ਆਈਆਂ ਨੇ ਹੁਣ ਚੱਲਾ ਖੈਰ ਖਰੀਅਤ ਰੱਖੇ ਨਾ ਅੱਲਾ ਧੋਪੀ ਲਾਏ ਅਤੇ ਚੰਗੀ ਗੱਲ ਹੈ ਤਾਂ ਕਿ ਜਿਹੜਾ ਨਾ ਉਹ ਲੋਕ ਭਜੀਆਂ ਵਗੈਰਾ ਵੱਢ ਲੈਣ ਜਦੋਂ ਗਰਮੀ ਸੀ ਉਦੋਂ ਠੰਡ ਠੰਡ ਹੁਣ ਠੰਡ ਆਈ ਹੈ ਹੁਣ ਗਰਮੀ ਮੈਂ ਬਾਹਰ ਖਲੋਤਾ ਸ਼ੋਰੂਮ ਤੇ ਆਣ ਕੇ ਨਾ ਐਵੇਂ ਜਿਹੜਾ ਨਾ ਉਹ ਮੇਰਾ ਧਿਆਨ ਪਿਆ ਉੱਤੇ ਨੂੰ ਆਹ ਵੇਖੋ ਪਰਿੰਦੇ ਕਿਸ ਤਰ੍ਹਾਂ ਜਿਹੜਾ ਨਾ ਉਹ ਉੱਡਣ ਡਏ ਨੇ ਉਹ ਚੈੱਕ ਕਰੋ ਜੰਗਲ ਦੇ ਵਿੱਚ ਜਿਹੜਾ ਨਾ ਸਾਰਾ ਆਲਣੇ ਵਗੈਰਾ ਬਣਾਏ ਨੇ ਇਸ ਟਾਈਮ ਜਿਹੜਾ ਨਾ ਉਹ ਆਪਣੇ ਘਰਾਂ ਨੂੰ ਜਾਂਦੇ ਨੇ ਮੌਸਮ ਅੱਜ ਸਾਫ਼ ਸੁਥਰਾ ਸੀ ਅਤੇ ਬੜਾ ਸੋਹਣਾ ਜਿਹੜਾ ਨਾ ਇਹਨਾਂ ਦਾ ਉੱਤੇ ਵੀ ਅਸਮਾਨ ਦੇ ਵਿੱਚ ਜਿਹੜਾ ਨਾ ਉਹ ਵਿਊ ਨਜ਼ਰ ਆਉਣ ਡੇ ਆ ਮੈਂ ਛੱਤ 'ਤੇ ਚੜਿਆ ਵਾਂ ਮੇਰਾ ਐਵੇਂ ਅਚਾਨਕ ਜਿਹੜਾ ਨਾ ਉਹ ਧਿਆਨ ਪਿਆ ਅਤੇ ਆਪਣੀ ਮਸਤੀ ਦੇ ਵਿੱਚ ਜਿਹੜਾ ਨਾ ਉਹ ਉੱਡਣ ਡਏ ਨੇ ਸਾਰੇ ਆਪਣੇ ਆਪਣੇ ਘਰਾਂ ਨੂੰ ਜਾ ਰਹੇ ਨੇ ਵੇਖੋ ਸਮਾਨ ਸਾਰਾ ਜਿਹੜਾ ਨਾ ਪਰਿੰਦਿਆਂ ਨਾਲ ਭਰੇ ਆਵੇ ਇਸ ਸਾਈਡ ਤੋਂ ਜਿਹੜਾ ਨਾ ਉਹ ਦੌੜੀ ਆਉਣ ਡਏ ਨੇ ਹਵਾ ਜਿਹੜੀ ਹੈ ਉਹ ਵੀ ਲੈਂਦੇ ਪਾਸੇ ਦੀ ਹੈ ਕਿਹੋ ਜਿਹੀ ਲੱਗੀ ਅੱਜ ਦੀ ਸਾਡੀ ਵੀਡੀਓ ਕਮੈਂਟ ਕਰਕੇ ਲਾਜ਼ਮੀ ਦੱਸਿਆ ਜੇ ਇਹਦੇ ਨਾਲ ਹੀ ਚਾਹੁੰਦੇ ਹਾਂ ਇਜਾਜ਼ਤ ਬਹੁਤ ਸਾਰੀ ਦੁਆਵਾਂ ਨਾਲ ਆਪਣਾ ਬਹੁਤ ਸਾਰਾ ਖਿਆਲ ਰੱਖਿਆ ਜੇ ਅੱਲਾ ਹਾਫਿਜ਼ ਸਾਡਾ ਚੈਨਲ ਸਬਸਕ੍ਰਾਈਬ ਲਾਜ਼ਮੀ ਕਰਨਾ ਫਾਲੋ ਲਾਜ਼ਮੀ ਕਰਨਾ ਸਾਰੇ ਭਰਾ ਜਿੰਨੇ ਵੀ ਵੇਖਦੇ ਨੇ ਨਾਲ ਯਾਰ ਇਹਨੂੰ ਫਾਲੋ ਕਰਕੇ ਅਤੇ ਸ਼ੇਅਰ ਲਾਜ਼ਮੀ ਹਰ ਭਰਾ ਨੇ ਜਿਹੜਾ ਜਿਹੜਾ ਵੀ ਵਹਿੰਦਾ ਨਾ ਪਿਆ ਨਹੀਂ ਕਰਨਾ ਵੇ ਬੜੀ ਮਿਹਰਬਾਨੀ